ਵਿਸ਼ਵਕਰਮਾ ਮੰਦਿਰ ਕੁਰਾਲੀ ਵਿਖੇ ਵੀ ਹਵਨ ਯੱਗ ਅਤੇ ਸ਼ਸਤਰ ਪੂਜਾ ਕੀਤੀ ਗਈ। ਇਹ ਹਵਨ ਯੱਗ ਦੀ ਰਸਮ ਜਤਿੰਦਰ ਸਿੰਘ ਰੀਹਲ ਸਨ ਆਫ ਮੈਨੇਜਰ ਹਰਨੇਕ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਕਰਵਾਈ ਗਈ। ਇਸ ਮੌਕੇ ਮਾਸਟਰ ਗੁਰਮੁਖ ਸਿੰਘ, ਪਰਮਜੀਤ ਸਿੰਘ ਰਾਜੂ, ਲੱਕੀ ਕਲਸੀ, ਠਾਕੁਰ ਸਿੰਘ, ਵੇਦ ਪ੍ਰਕਾਸ਼, ਸਵਰਨ ਸਿੰਘ ਰੀਹਲ, ਹਰਬੰਸ ਸਿੰਘ, ਸੋਹਨ ਸਿੰਘ, ਜਸਵਿੰਦਰ ਸਿੰਘ ਗੋਲਡੀ, ਹੈਪੀ ਤਿਮਾਨ, ਦਰਸ਼ਨ ਟੀਵੀ, ਮਨੋਹਰ ਸਿੰਘ, ਵਿਨੋਦ ਤਿਮਾਨ, ਗੁਰਿੰਦਰ, ਲੱਕੀ, ਪਰਮਿੰਦਰ ਸਿੰਘ, ਜਸਵੰਤ ਸਿੰਘ ਰੀਹਲ, ਸਤਨਾਮ ਸਿੰਘ ਅਤੇ ਹੋਰ ਵੀ ਨਾਮਵਾਰ ਸ਼ਖਸੀਅਤਾਂ ਮੌਜੂਦ ਸਨ। ਸੋ ਸਾਡੇ ਏ ਤਿਮਾਨ ਚੈਨਲ ਵੱਲੋਂ ਵੀ ਇਸ ਸ਼ਸਤਰ ਪੂਜਾ ਦਿਵਸ ਮੌਕੇ ਤੇ ਸਭ ਨੂੰ ਮੁਬਾਰਕਬਾਦ। ਆਓ ਵਧੇਰੇ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏ ਤਿਮਾਨ ਚੈਨਲ ਦੇ ਨਾਲ। ਵਿਸ਼ਵਕਰਮਾ ਭਗਵਾਨ ਕੀ ਜੈ। ਅੱਜ 17 ਸਤੰਬਰ ਦਿਨ ਜਿਹੜਾ ਹੈ ਉਹ ਭਾਰਤ ਦੇ ਕੋਨੇ ਕੋਨੇ 'ਚ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਉਤਸਵ ਅਤੇ ਔਜਾਰ ਪੂਜਾ ਦੇ ਰੂਪ ਵਿੱਚ ਮਨਾਇਆ ਜਾਂਦਾ। ਭਗਵਾਨ ਵਿਸ਼ਵਕਰਮਾ ਜੀ ਨੇ ਆਪਣੇ
ਰਹਿਬਰਾਂ ਨੂੰ ਇਹੀ ਸੁਨੇਹਾ ਦਿੱਤਾ ਕਿ ਜ਼ਿੰਦਗੀ ਦੇ ਵਿੱਚ ਕੰਮ ਹੀ ਪੂਜਾ, ਕੰਮ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਅਤੇ ਉਹਨਾਂ ਨੇ ਕੋਈ ਕਿਸੇ ਧਰਮ ਦਾ ਪ੍ਰਚਾਰ ਨਹੀਂ ਕੀਤਾ ਅਤੇ ਕਿਸੇ ਆਪਣੇ ਰਹਿਣ ਵਾਂ ਨੂੰ ਇਹੀ ਦੱਸਿਆ ਕਿ ਕੰਮ ਹੀ ਪੂਜਾ, ਜੇਕਰ ਤੁਸੀਂ ਦਸਾਂ ਨਾਵਾਂ ਦੀ ਕਿਰਤ ਕਰੋਗੇ ਉਸੇ ਤਰ੍ਹਾਂ ਜਿਵੇਂ ਬਾਬਾ ਨਾਨਕ ਨੇ ਕਿਹਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਸੋ ਅੱਜ ਸਾਡੇ ਦੇਸ਼ ਵਿੱਚ ਜਿੰਨੇ ਵੀ ਪੈਰੋਕਾਰ ਭਗਵਾਨ ਵਿਸ਼ਵਕਰਮਾ ਜੀ ਦੇ ਨੇ ਉਹ ਦਸਾਂ ਨਾਵਾਂ ਦੀ ਕਿਰਤ ਕਰਦੇ ਨੇ ਅਤੇ ਕਿਸੇ ਅੱਗੇ ਹੱਥ ਨਹੀਂ ਅੱਡਦੇ ਅਤੇ ਆਪਣੀ ਦਸਾਂ ਨਾਵਾਂ ਦੀ ਕਿਰਤ ਕਰਕੇ ਭਾਈ ਲਾਲੋ ਦੇ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਆਪਣਾ ਜੀਵਨ ਨਸਰ ਕਰਦੇ ਨੇ। ਜਿੱਥੇ ਉਹ ਆਪਣੀ ਪਰਿਵਾਰ ਦੀ ਉਪਜੀਵਿਕਾ ਕਰਦੇ ਨੇ ਉੱਥੇ ਸਮਾਜ ਸੇਵਾ ਦੇ ਕੰਮ ਵਿੱਚ ਵੀ ਵਿਸ਼ਵਕਰਮਾ ਜੀ ਦੇ ਜਿਹੜੇ ਪੈਰੋਕਾਰ ਨੇ ਉਹ ਬਹੁਤ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ ਅਤੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੀ ਨੇਕ ਕਮਾਈ ਵਿੱਚੋਂ ਦਸੌਂਧ ਕੱਢਦੇ ਨੇ। ਸੋ ਇਸ ਕਰਕੇ ਅੱਜ ਸਾਰੇ ਦੇਸ਼ ਵਿੱਚ ਵਿਸ਼ਵਕਰਮਾ ਜੀ ਦਾ ਉਤਸਵ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ। 17 ਸਤੰਬਰ ਨੂੰ ਵਿਸ਼ਵਕਰਮਾ ਜੀ ਦੇ ਜਨਮ ਦਿਵਸ 'ਤੇ ਸ਼ਸਤਰ ਪੂਜਾ ਕੀਤੀ ਜਾਂਦੀ ਹੈ, ਪੂਰੇ ਦੇਸ਼ ਵਿੱਚ ਮਨਾਈ ਜਾਂਦੀ ਹੈ। ਇਸ ਵਜੋਂ ਸਾਡੀ ਕੁਰਾਲੀ ਵਿੱਚ ਵੀ ਅੱਜ ਦੇ ਦਿਨ ਸ਼ਸਤਰ ਪੂਜਾ ਕੀਤੀ ਗਈ ਹੈ। ਇਸ ਕਰਕੇ ਸਾਰੇ ਕੁਰਾਲੀ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ। ਅੱਜ 17 ਸਤੰਬਰ ਨੂੰ ਵਿਸ਼ਵਕਰਮਾ ਮੰਦਿਰ ਕੁਰਾਲੀ ਵਿਖੇ ਸ਼ਸਤਰ ਪੂਜਾ ਕੀਤੀ ਗਈ ਹੈ। ਸੋ ਸਾਡੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ। ਬਾਬਾ ਵਿਸ਼ਵਕਰਮਾ ਭਗਵਾਨ ਕੀ ਜੈ। ਮੈਂ ਹਰਵੰਤ ਸਿੰਘ, ਅੱਜ 17 ਸਤੰਬਰ ਨੂੰ ਜੋ ਵਿਸ਼ਵਕਰਮਾ ਸ਼ਸਤਰ ਪੂਜਾ ਹੈ ਸਾਰੇ ਭਾਰਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਬੋਲ ਵਿਸ਼ਵਕਰਮਾ ਭਗਵਾਨ ਕੀ ਜੈ। ਵਿਸ਼ਵਕਰਮਾ ਭਗਵਾਨ ਕੀ ਜੈ। ਮੈਂ ਗੁਰਿੰਦਰ ਸਿੰਘ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਵਿਸ਼ਵਕਰਮਾ ਜੀ ਦੀ ਸ਼ਸਤਰ ਪੂਜਾ 'ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪੂਰੇ ਵਰਲਡ ਨੂੰ ਆਪਣੀ ਦਸਾਂ ਨਾਵਾਂ ਦੀ ਕਿਰਤ ਕਰਨ ਨੂੰ ਪ੍ਰੇਰਦਾ ਹਾਂ ਕਿ ਵਿਸ਼ਵਕਰਮਾ ਜੀ ਮਹਾਰਾਜ ਦੇ ਕਹਿਣ ਦੇ ਅਨੁਸਾਰ ਆਪਣੀ ਦਸਾਂ ਨਾਵਾਂ ਦੀ ਕਿਰਤ ਕਰੋ ਅਤੇ ਕਮਾਓ ਅਤੇ ਸਭ ਦਾ ਭਲਾ ਕਰੋ। ਵਿਸ਼ਵਕਰਮਾ ਭਗਵਾਨ ਕੀ ਜੈ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹ ਧੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾਉਣਾ ਨਾ ਭੁੱਲੋ।